हाँ जी भाभी, एक चीज़ पूछनी सी। जिहड़ी विवेक दी फौज है, विवेक दी फौज दे विच कहिंदे ने कुछ करैक्टर ने, उन्हां दे बारे पूछना सी। ਸਾਧੂ ਵਿੱਚ ਲਿਖਿਆ ਹੋਇਆ ਉਹ ਪੁੱਛ ਲੈ ਹਾਂ ਜੀ, ਇੱਕ ਵਿਗਿਆਨ ਹੈ ਉਹਦੇ ਅੰਦਰ, ਹੈਗਾ ਤੇ ਵਿਗਿਆਨ ਵਿਵੇਕ ਦੇ ਨਾਲ ਕੀ ਕਰ ਰਿਹਾ ਹੈ? ਹੈਂ ਜਿਹੜਾ ਵਿਗਿਆਨ ਹੈ, ਇਹ ਵਿਵੇਕ ਦੀ ਫੌਜ ਕੀ ਕਰ ਰਿਹਾ ਹੈ? ਵਿਗਿਆਨ ਤਾਂ ਨੈਗੇਟਿਵ ਨਹੀਂ ਹੈਗਾ ਗਿਆਨ ਨੈਗੇਟਿਵ ਕਿੱਥੇ ਹੈ? ਬੱਬੇ ਨਾਲ ਹੈ ਵਿਗਿਆਨ। ਅੱਛਾ, ਵਿਵੇਕ ਦੇ ਵਿੱਚ, ਵਿਗਿਆਨ ਵਿਵੇਕ ਦੇ ਵਿੱਚ ਹੁੰਦਾ ਹੈ। ਵਿਗਿਆਨ ਇਹੀ ਹੈ, ਵਿਗਿਆਨ ਜੋ ਸਾਇੰਸ ਜਿਹਨੂੰ ਕਹਿੰਦੇ ਨੇ। ਉਹ ਭਾਈ ਵਿਵੇਕ ਦੇ ਵਿੱਚ ਹੈ, ਵਿਵੇਕ ਨੇ ਪੈਦਾ ਕੀਤੀ ਹੈ ਸ੍ਰਿਸ਼ਟੀ, ਵਿੱਚ ਹੈ ਉਹਦੇ। ਕਾਲੀ ਵੀ ਚੱਡੀ ਦੇ ਵਿੱਚ ਸਮਾਈ ਹੋਈ ਹੈ। ਠੀਕ ਹੈ। ਹਾਂ ਕੱਲਾ ਵਿਗਿਆਨ ਮਾੜਾ ਹੈ, ਵਿਵੇਕ ਦੇ ਵਿੱਚ ਪਹਿਲੇ ਵਿਗਿਆਨ ਨਹੀਂ ਮਾੜਾ ਹੈ। ਓਕੇ ਓਕੇ, ਡਾਕੂ ਹੱਥ 'ਚ ਹਥਿਆਰ ਬਣਾ, ਠੀਕ ਹੈ, ਰਾਜੇ ਦੇ ਹੱਥ 'ਚ ਹਥਿਆਰ ਬਣਾ ਨਹੀਂ ਹੈ, ਪੁਰਸ਼ ਦੇ ਹੱਥ 'ਚ ਹਥਿਆਰ ਬਣਾ ਨਹੀਂ ਹੈ। ਰਾਕਸ਼ ਕੋਲ ਸ਼ਕਤੀ ਠੀਕ ਹੈ, ਪਕਸ਼ ਕੋਲ ਨਹੀਂ ਸ਼ਕਤੀ ਠੀਕ ਹੁੰਦੀ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਆਦਮੀ ਜਿਸ ਵਕਤ ਵਿਗਿਆਨ ਖੁਦ ਖੋਜਦਾ ਆਪਣੀ ਬੁੱਧੀ ਦੇ ਲੈਵਲ ਤੇ, ਉਹਦਾ ਮਿਸਯੂਜ਼ ਕਰਦਾ। ਹਾਂਜੀ ਠੀਕ ਹੈ। ਫਿਰ ਪਰਮੇਸ਼ਰ ਦਾ ਮਿਸਯੂਜ਼ ਕਰਦਾ ਨੀ, ਪਰਮੇਸ਼ਰ ਭਲੇ ਵਾਸਤੇ ਕਰਦਾ, ਆਦਮੀ ਦਾ ਮਿਸਯੂਜ਼ ਕਰਦਾ। ਵਿਗਿਆਨ ਦਾ ਸਾਡਾ ਨਾਮ ਰੱਖਿਆ ਹੋਇਆ ਉਹਦਾ। ਓਕੇ, ਕੱਲਾ ਵਿਗਿਆਨ ਮਾੜਾ, ਵਿਵੇਕ ਦੇ ਦਾਇਰੇ ਚ ਨਹੀਂ ਮਾੜਾ। ਜੇ ਨਿਆਣੇ ਨੂੰ ਪਸਤੌਲ ਦੇ ਦਈਏ ਤਾਂ ਮਾੜਾ, ਜੇ ਸਿਆਣੇ ਦਾ ਪਸਤੌਲ, ਸਿਆਣੇ ਕੋਲ ਤਾਂ ਹੁੰਦਾ ਹੀ ਹੈ। ਠੀਕ, ਮਨ ਦੇ ਲੈਵਲ ਤੇ ਵਿਗਿਆਨ ਮਾੜਾ ਹੈ, ਚਿੱਤ ਦੇ ਲੈਵਲ ਤੇ ਵਿਗਿਆਨ ਨਹੀਂ ਮਾੜਾ ਹੈ। ਠੀਕ ਜੀ, ਵਿਵੇਕ ਚਿੱਤ ਹੈ, ਵਿਵੇਕ ਹੈ। ਠੀਕ ਠੀਕ, ਵਿਗਿਆਨ ਮਨ ਕੋਲ ਹੈ, ਜੇ ਮਨ ਉਹਦੇ ਅਧੀਨ ਹੈ ਫਿਰ ਮਾੜਾ ਕਿੱਥੇ? ਹਾਂ ਬਿਲਕੁਲ ਠੀਕ ਹੈ, ਲੌਜੀਕਲ ਗੱਲ। ਸਪਾਹੀ ਸਪਾਹੀ ਲੜਦਾ, ਸਪਾਹੀ ਹੈ, ਬੁੱਧੀ ਥੋੜੀ ਹੈ ਪਰ ਲੜਦਾ ਜਰਨੈਲ ਦੇ ਹੁਕਮ ਚ। ਠੀਕ ਜੀ, ਬੁੱਧੀ ਆਪਣੀ ਨਾਲ ਨਹੀਂ ਲੜਦਾ, ਉਹ ਬੁੱਧੀ ਜਰਨੈਲ ਦੀ ਨਾਲ ਲੜਦਾ। ਉਹਦੀ ਤਾਂ ਹਥਿਆ, ਉਹਦਾ ਤਾਂ ਸਰੀਰ ਹੈ, ਸਰੀਰ ਕੰਮ ਕਰਦਾ, ਚਲਾਉਂਦਾ ਕੌਣ? ਜੇ ਤੂੰ ਚਲਾਏ ਤੇ ਚੱਲਾਂ ਸਭ ਚੱਲਣਾ। ਠੀਕ ਜੀ, ਇਹ ਗੱਲ ਹੈ। ਠੀਕ 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 ਠੀਕ, ਇੱਕ ਇੱਕ ਮਾੜਾ ਹੋਵੇ ਚਾਹੇ ਚੰਗਾ ਹੋਵੇ ਪਰ ਵਰਤ ਕੌਣ ਹੈ? ਹਾਂ ਇੱਥੇ ਵਰਤ ਵੀ ਦੇਖ ਰਿਹਾ ਹੈ, ਉਹੀ ਤਲਵਾਰ ਹੈ, ਉਹੀ ਬੰਦੂਕ ਹੈ, ਇੱਕ ਰਕਸ਼ਕ ਵਰਤ ਰਿਹਾ, ਇੱਕ ਪਕਸ਼ਕ ਵਰਤ ਰਿਹਾ। ਜਿਹੜੇ ਨਥਿੰਗ ਇਜ਼ ਗੁੱਡ, ਨਥਿੰਗ ਇਜ਼ ਬੈਡ, ਬਟ ਥਿੰਕਿੰਗ ਮੇਕਸ ਇਟ ਸੋ, ਕਹਿੰਦੇ ਨੇ ਨਾ। ਹਾਂ, ਆਦਮੀ ਦਾ ਆਪਣਾ ਖਿਆਲ ਉਹਨੂੰ ਗਲਤ ਵਰਤੋਂ ਕਰਦਾ, ਉਹਦੀ ਵਿਵੇਕ ਵਾਲਾ ਵਿਵੇਕ ਦਾ ਉਹੀ ਹੈ। ਦੋਵੇਂ ਪਾਸੇ ਦੀਆਂ ਦਲੀਲਾਂ ਨੇ ਆਪਣੇ ਕੋਲ। ਅੱਛਾ, ਵਿਵੇਕ ਤਾਂ ਨਾ ਨੇ। ਹਾਂਜੀ ਠੀਕ ਹੈ, ਵਿਵੇਕ ਜਿੱਤ ਹੈ। ਹਾਂਜੀ, ਸਾਨੂੰ ਉਹ ਬਣਾ ਰਹੀ ਹੈ ਜਦ ਬੁੱਧੀ ਵਿਵੇਕ ਦੇ ਆਸਰੇ ਬਣਾ ਰਹੀ, ਗੁਰ ਕੋ ਸ਼ਬਦ ਹੈ ਜਿਹੜਾ ਵਿਵੇਕ ਹੈ। ਠੀਕ ਹੈ, ਮਨਮੁੱਖਾਂ ਕੋਲ ਵਿਵੇਕ ਹੈ, ਵਿਵੇਕ ਨਾਲ ਹਨੇਰਾ ਪੈਦਾ ਹੋਊਗਾ, ਫਸਦਾ ਚਲਿਆ ਜਾਊ ਮਾਇਆ ਚ, ਵਿਵੇਕ ਨੂੰ ਛੁੱਟਦਾ ਚਲਿਆ ਜਾਊਗਾ। ਵਿਵੇਕ ਬੁੱਧ ਸਤਿਗੁਰ ਦੀ ਬੁੱਧ ਹੈ, ਵਿਵੇਕ ਬੁੱਧ ਸੰਸਾਰ ਦੀ ਬੁੱਧ ਹੈ। ਇਹਦੇ ਕਿ ਸਿਪਾਹੀ ਵੀ ਸਾਰੇ ਉਹੀ ਨੇ, ਅਵਿਵੇਕ ਦੇ ਮਨ ਨਾਲ ਹੀ ਨੇ ਸਿਪਾਹੀ। ਇਹ ਉਗਣ ਨੇ, ਉਹ ਵਿਵੇਕ ਦੇ ਚੱਲੇ ਨੇ, ਅਵਿਵੇਕ ਤੋਂ ਪੈਦਾ ਹੁੰਦੇ ਨੇ, ਅਵਿਵੇਕ ਦੀ ਫੌਜ ਹੈ। ਅਵਿਵੇਕ ਜਿਹੜਾ ਲੱਗਦਾ ਨਾ, ਅਵਿਵੇਕ ਕੀ ਹੁੰਦਾ ਅਸਲ ਦੇ ਵਿੱਚ? ਅਵਿਵੇਕ ਅਨੇਕ ਦਾ ਨੂੰ ਹੈ, ਅੱਛਾ, ਜਿਹੜਾ ਇੱਕ ਨਹੀਂ ਹੈ, ਫਤ ਸੂ ਅਨੇਕ ਬਤੀ ਕੇ। ਠੀਕ ਗੱਲ, ਬਿਪ ਏਕ ਦਾ ਮਤਲਬ ਹੈ ਜਿਹਦੇ ਚ ਇੱਕ ਹੋਰ ਚੀਜ਼ ਦੇ ਸ਼ੱਕ ਨਹੀਂ ਹੈ, ਜਿਹਦੇ ਇੱਕ ਹੋਰ ਦੇ ਉੱਤੇ ਸ਼ੰਕਾ ਨਹੀਂ ਕੀਤੀ ਜਾ ਸਕਦੀ, ਏਕਤਾ ਤੇ ਸ਼ੰਕਾ ਦੀ, ਜਿਸਦੀ ਏਕਤਾ ਤੇ ਸ਼ੰਕਾ ਦੀ ਹੈ, ਜਿਹਦੀ ਏਕਤਾ ਤੇ ਭਰਮ ਨਹੀਂ ਹੈ, ਵਿਵੇਕ ਹੈ। ਬਿਪ ਉਹਦਾ ਡਿਫਰੈਂਸ। ਹਾਂਜੀ ਠੀਕ ਹੈ, ਬਿਪ ਵਿਚਾਰ ਕੁਛ ਨਾ, ਇਸ ਵਿਚਾਰ ਚ ਕੋਈ ਸ਼ੰਕਾ ਨਹੀਂ ਹੈ, ਜਿਹਦੇ ਇੱਕ ਹੋਰ ਦੇ ਵਿੱਚ ਸ਼ੰਕਾ ਨਾ ਹੋਵੇ, ਵੀ ਹੁਣ ਪੂਰਾ ਇੱਥੇ ਆ, ਕੋਈ ਸ਼ੱਕ ਵਾਲੀ ਗੱਲੇ ਦੀ। ਠੀਕ ਹੈ ਜੀ, ਉਹ ਵਿਵੇਕ ਹੈ, ਇੱਕੋ ਗਿਆਨ ਹੁੰਦਾ ਉਹ। ਠੀਕ ਹੈ, ਜਿਹੜਾ ਬਾਕੀ ਗਿਆਨ ਦੇ ਵਿਵੇਕ ਤੋਂ ਥੱਲੇ ਦੇ, ਉਹ ਘੱਟ ਵੱਧ ਹੁੰਦੇ ਨੇ, ਉਹ ਇੱਕੋ ਜਿਹੇ ਨਹੀਂ ਹੁੰਦੇ, ਕਿਸੇ ਕੋਲ ਕਿੰਨੇ ਪਰਸੈਂਟ, ਕਿਸੇ ਕੋਲ ਕਿੰਨੇ, ਕਿਸੇ ਕੋਲ ਕਿੰਨੇ, ਕਿਸੇ ਕੋਲ ਕਿੰਨੇ। ਠੀਕ, ਮਤਲਬ ਸਾਰੀ ਜਿਹੜੀ ਮੱਤਾਂ ਨੇ, ਬਾਕੀ ਮੱਤਾਂ ਅਵਿਵੇਕ ਦੀਆਂ ਪ੍ਰਤੀਕ ਹੈ। ਹਾਂ, ਮੱਤਾਂ ਵਿੱਚ ਜਿਹੜੇ ਅੰਤਰ ਨੇ ਉਹ ਵਿਵੇਕ ਕਰਕੇ ਨੇ। ਠੀਕ ਹੈ ਠੀਕ ਹੈ ਠੀਕ ਹੈ, ਵਿਵੇਕਹੀਨਤਾ, ਵਿਵੇਕ ਦੀ ਕਮੀ। ਹਾਂਜੀ, ਏਕਤਾ ਦੀ ਕਮੀ, ਚਿੱਤ ਔਰ ਮਨ ਦੇ ਵਿੱਚ ਏਕਤਾ ਦੀ ਕਮੀ। ਠੀਕ ਜੀ, ਅਵਿਵੇਕ ਹੈ। ਠੀਕ 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 ਠੀਕ।
ਇਹ ਧਰਮਾਂ ਨੂੰ ਇਕੱਠਾ ਨਹੀਂ ਹੋਣ ਦਿੰਦੀ ਜਿਹੜੀ ਚੀਜ਼ ਹੈ ਉਹ ਕਮੀ ਹੈ ਜਿਹੜੀ ਜਿੱਥੇ ਭਰਮ ਹੈ ਭਰਮ ਹੈ ਜਿਹੜਾ ਜਿਹਨਾਂ ਦਾ ਭਰਮ ਹੈ ਵਿਵੇਕ ਉਹ ਤਾਂ ਪੜ੍ਹ ਕੇ ਪਤਾ ਲੱਗਦਾ ਸਾਫ਼ ਹੈ ਪੂਰਾ ਜੇ ਪ੍ਰਸੰਗ ਪੜ੍ਹੇ ਬੰਦਾ ਕਿਉਂਕਿ ਉਹਦੇ ਜਿਹੜੇ ਦਰੋਹ ਹੰਕਾਰ ਕਲੰਕ ਸਾਰੇ ਵਿਵੇਕ ਦੇ ਨੇ ਇਹ ਲੜਾਈ ਹੈ ਚੱਲਦੀ ਵੀ ਹੋਰ ਕੀ ਹੈ ਹਾਂਜੀ 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 ਬਥੇਰੇ ਅਰਥ ਇੱਥੇ ਕਲੀਅਰ ਹੋ ਜਾਂਦੇ ਨੇ ਦੁਨੀਆਵੀ ਫਾਈਟ ਦਾ ਉਹ ਹਿੰਦੂ ਬ੍ਰਾਹਮਣ ਵਾਲਾ ਪ੍ਰਕਰਨੀ ਉਹ ਤਾਂ ਹਾਂਜੀ ਉਹ ਤਾਂ ਦੱਸਿਆ ਹੋਇਆ ਉਹ ਤਾਂ ਗੱਲ ਠੀਕ ਹੈ ਪਰ ਮੈਂ ਉਹਨਾਂ ਦੀ ਮੈਂਟੈਲਿਟੀ ਦੀ ਗੱਲ ਕਰਦਾ ਕਹਿੰਦੇ ਹੁਣ ਸੰਨਿਆਸੀਆਂ ਨਾਲ ਲੜਾਈ ਦੱਸੀ ਹੋਈ ਹੁਣ ਸੰਨਿਆਸੀਆਂ ਨਾਲ ਉਵੇਂ ਤਾਂ ਲੜੂੰਗਾ ਨਹੀਂ ਕੋਈ ਜਿਹੜਾ ਪਾਰਸਨਾਥ ਹੈ ਉਹੀ ਅੰਦਰ ਸੰਨਿਆਸੀਆਂ ਨਾਲ ਉਹੀ ਕਰਦਾ ਗਿਆਨ ਚਰਚਾ ਹੀ ਹੁੰਦੀ ਉਹਨਾਂ ਦੀ ਬਿਲਕੁਲ ਸਾਰੇ ਸੰਨਿਆਸੀਆਂ ਨਾਲ ਉਦਾਸੀਆਂ ਨਾਲ ਜਿਹਨਾਂ ਨਾਲ ਹੀ ਕਰਦਾ ਗੱਲ ਜਿਹੜੇ ਜਟਾਲੇ ਲੱਭਦਾ ਹੈ ਜਟਾਂ ਵਾਲੇ ਸਾਧੇ ਨੇ ਫਿਰ ਉਹ ਹਾਂਜੀ 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 ਸੁੱਤੇ ਜਾਣ ਜਟਾਲੇ ਭੁੱਗਾ ਖਾਏ ਕੇ ਹਾਂ ਹਾਂ ਠੀਕ ਹੈ